ए आकाशवाणी चिलंदरी खबरों ਦੇ ਨਾਲ ਮੈਂ ਸਰਪਜੀਤ ਕੌਰ ਪਹਿਲਾ ਖਾਸ ਖਬਰਾਂ ਭਾਰਤ ਚੰ드ਰੀਆਨ 3 ਦੇ ਚੰਨ ਦੀ ਸਤਤ ਸਫਲਤਾ ਨਾਲ ਉਤਰਨ ਨਾਲ ਚੰਦਰਮਾ ਦੇ ਦਖਲੇ ਤਰਫ ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਰਬਸੰਮਤੀਯਧਾਰਿਤ ਪਹੁੰਚ ਰਾਹੀਂ ਬ੍ਰਿਕ ਸਮੂਹ ਦੇ ਪਸਾਰ ਲਈ ਕਿ ਹੈ ਬੋਰਡ ਇਮਤਿਹਾਨ ਹੁਣ ਸਾਲ ਵਿੱਚ 2 ਵਾਰ ਹੋਣਗੇ ਤੇ ਵਿਦਿਆਰਥੀਆਂ ਕੋਲ ਆਪਣਾ ਬਿਹਤਰੀਨ ਸਕੋਰ ਬਰਕਰਾਰ ਰੱਖਣ ਦਾ ਵਿਕਲਪ ਹੋਏਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਕਿ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਬਾਜ਼ਾਰ ਸਾਲਾਨਾ 10 ਕਰੋੜ ਯੂਨਿਟ ਦੀ ਵਿਕਰੀ ਤੱਕ ਵਧਣ ਦੀ ਉਮੀਦ ਹੈ ਤੇ ਇਸ ਨਾਲ ਸਾਲ 2030 ਤੱਕ 5 ਕਰੋੜ ਨੌਕਰੀਆਂ ਪੈਦਾ ਹੋਣਗੀਆਂ ਤੇ ਭਾਰਤੀ ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੇ ਅਜ਼ਰਬੈਜਾਨ ਦੇ ਆਈਐਸਐਸਐਫ ਸ਼ੂਟ ਚੈਂਪੀਅਨਸ਼ਿਪ ਵਿਖੇ ਮਰਦਾਂ ਦੇ 25 ਮੀਟਰ ਸਟੈਂਡਰਡ ਪਿਸਤਲ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤੇ ਭਾਰਤ ਨੇ ਚੰਦਰਮਾ ਤੇ ਪਹੁੰਚ ਕੇ ਇਤਿਹਾਸ ਰਚਿਆ ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਨੇ ਕੱਲ ਭਾਰਤੀ ਮਿਆਰੀ ਸਮੇਂ ਅਨੁਸਾਰ ਸ਼ਾਮੀ ਨਿਸ਼ਚਿਤ 6:24 ਮਿੰਟ ਤੇ ਚੰਦਰਮਾ ਦੇ ਸਤਿਤੇ ਆਪਣੇ ਲੈਂਡਰ ਮੋਡਿਊਲ ਵਿਕਰਮ ਦੀ ਸੌਫਟ ਲੈਂਡਿੰਗ ਕੀਤੀ ਇਸ ਉਪਲਬਧੀ ਨਾਲ ਭਾਰਤ ਨੇ ਚੰਦਰਮਾ ਦੇ ਦੱਖਣੀ ਧਰੁਵ ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਕੇ ਪੁਲਾੜ ਖੋਜ ਦੇ ਖੇਤਰ ਵਿੱਚ ਇੱਕ ਵੱਡੀ ਭलांग ਪੁੱਟੀ ਏ ਵਿਕਰਮ ਲੈਂਡਰ ਸਥਾਨ ਤੇ ਬਿਨਾ ਵਿਗਨੁਤ੍ਰਿਆ ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਉਹ ਚੰ드ਰਾ ਦੀ ਸਤਹ ਤੇ ਚੰ드ਰੀਅਨ 3 ਲੈਂਡਰ ਅਤੇ ਰੋਵਰ ਲਈ ਅਗਲੇ 14 ਦਿਨਾਂ ਦੀ ਤਾੰਗ ਨਾਲ ਉਡੀਕ ਕਰ ਰਹੇ ਨੇ ਲੈਂਡਰ ਵਿਕਰਮ ਚ ਰੋਵਰ ਪ੍ਰਗਿਆਨ ਬਾਹਰ ਨਿਕਲ ਕੇ ਚੰ드ਰਾ ਦੀ ਸਤਹ ਤੇ ਆਇਆ ਪਰ ਗਿਆਨ ਨੇ ISRO ਦੇ ਲੋਗੋ ਅਤੇ ਭਾਰਤ ਦੇ ਰਾਸ਼ਟਰਪਤੀ ਅਕਸਰਨਾਥ ਤੇ ਅਸ਼ੋਕ ਦੇ ਸ਼ੇਰ ਦੇ ਨਿਸ਼ਾਨ ਦੀ ਅਮਿੱਟ छाप ਚੰ드ਰਾ ਦੀ ਸਤਤਿ ਛੱਡੀ ਹੈ ਜੋ ਕਿ ਸਦਾ ਲਈ ਉੱਥੇ ਬਣੀ ਰਹੇਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਪਰਾਸ਼ਟਰਪਤੀ ਜਗਦੀਪ ਲਨਖੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੇਸ਼ ਭਰ ਤੋਂ ਹੋਰ ਨੇਤਾਵਾਂ ਨੇ ਚੰ드ਰਯਾਨ 3 ਦੀ ਕਾਮਯਾਬ ਲੈਂਡਿੰਗ ਲਈ ਇਸਰੋ ਦੀ ਟੀਮ ਦੀ ਤਾਰੀਫ ਕੀਤੀ ਹੈ ਇੱਕ ਵੀਡੀਓ ਸੰਦੇਸ਼ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਨੂੰ ਸਭ ਤੋਂ अहम ਮੌਕਾ ਕਰਾਰ ਦਿੱਤਾ ਹੈ ਤੇ ਕਿਹਾ ਕਿ ਇਸਰੋ ਦੇ ਵਿਗਿਆਨੀਆਂ ਨੇ ਅੱਜ ਇਤਿਹਾਸ ਰਚਿਆ ਹੈ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਵੀ ਮਿਸ਼ਨ ਚੰ드ਰੀਅਨ 3 ਨੂੰ ਭਾਰਤ ਲਈ ਇੱਕ ਇਤਿਹਾਸਕ ਪਲ ਘਰਾੜ ਦਿੱਤਾ ਅਤੇ ਕਿਹਾ ਕਿ ਇਹ ਪੁਲਾੜ ਦੀ ਭਾਲ ਚ ਇੱਕ ਵੱਡੀ ਪਲਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਬ੍ਰਿਕਸ ਸਿਖਰ ਮੀਟਿੰਗ ਵਿੱਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਚ ਨੇ ਇਸ ਇਤਿਹਾਸਕ ਪਲ ਨੂੰ ਦੇਖਣ ਲਈ ਜੋ ਹੈ ਨਸਵਰਕ ਤੋਂ ਜੁੜੇ ਗੱਲਬਾਤ ਵਿੱਚ ਉਨ੍ਹਾਂ ਨੇ ਚੰ드ਰਮਾ ਦੇ ਨਿਸ਼ਾਨ ਮਿਸ਼ਨ ਦੀ ਕਾਮਯਾਬੀ ਤੇ ਦੇਸ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਸਰੋ ਦੀ ਟੀਮ ਦੀ ਤਾਰੀਫ ਕੀਤੀ ਤੇ ਕਿਹਾ ਕਿ ਇਹ ਪਲ ਨਵੇਂ ਭਾਰਤ ਦੀ ਜਿੱਤ ਦਾ ਪਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪਾਲ ਜਿੱਤੇ ਦੇ ਰਾਤੇ ਤੁਰੰਦਾ ਪਾਲ ਦੇਸ਼ ਭਰ ਤੋਂ ਲੋਕ ਚੰ드ਰੀਅਨ 3 ਦੀ ਚੰਦਰਮਾ ਦੇ ਦੱਖਣੀ ਧਰੁਵਤੇ ਸਫਲ ਸੌਫਟ ਲੈਂਡਿੰਗ ਤੇ ਖੁਸ਼ੀ ਜ਼ਾਹਰ ਕਰ ਰਹੇ ਨੇ ਅੰਤਰਰਾਸ਼ਟਰੀ ਪਾਇਚਾਰੇ ਨੇ ਚੰ드ਰੀਅਨ 3 ਦੀ ਚੰ드ਮਾ ਦਿਸ਼ਾ ਤੱਕ ਸਫਲ ਲੈਂਡਿੰਗ ਦੀ ਪ੍ਰਾਪਤੀ ਹਾਸਲ ਕਰਨ ਲਈ ਟੀਮ ਇਸਰੋ ਅਤੇ ਭਾਰਤ ਦੀ ਵੀ ਸ਼ਲਾਘਾ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਨਾਸਾ ਦੇ ਐਡਮਿਨਿਸਟਰेटर ਬਿਲ ਨੈਲਸਨ ਨੇ ਇਸ ਵਿੱਚ ਭਾਗੀਦਾਰ ਬਣਨ ਲਈ ਆਪਣੀ ਖੁਸ਼ੀ ਜ਼ਾਹਿਰ ਕੀਤੀ ਬਰਤਾਨੀਆ ਦੀ ਪੁਲਾੜ ਏਜੰਸੀ ਨੇ ਕਿਹਾ ਕਿ ਭਾਰਤ ਨੇ ਇਤਿਹਾਸ ਸਿਰਜਿਆ ਯੂਰੋਪੀਅਨ ਸਪੇਸ ਏਜੰਸੀ ਦੇ ਡਾਇਰੈਕਟਰ ਜਰਨਲ ਜੋਸੇਫ ਐਸ਼ਬੈਕਰ ਨੇ ਪਹਿਲੀ ਸੌਫਟ ਲੈਂਡਿੰਗ ਪ੍ਰਾਪਤ ਕਰਨ ਲਈ ਨਵੀਂ ਤਕਨੀਕਾਂ ਦਾ ਪ੍ਰਦਰਸ਼ਨ ਕਰਨ ਲਈ ਭਾਰਤ ਦੀ ਸ਼ਲਾਘਾ ਕੀਤੀ ਹੈ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਰਲ ਰਾਮਾਫੋਸ ਨੇ ਕਿਹਾ ਹੈ ਕਿ ਬ੍ਰਿਕਸ ਪਰਿਵਾਰ ਦੇ ਤੌਰ ਤੇ ਉਹ ਇਸ ਮੌਕੇ ਤੇ ਬਹੁਤ ਮਾਣ ਮਹਿਸੂਸ ਕਰਦੇ ਨੇ ਤੇ ਭਾਰਤ ਦੇ ਨਾਲ ਖੁਸ਼ੀ ਸਾਂਝੀ ਕਰਦੇ ਨੇ ਰੂਸ ਦੇ ਰਾਸ਼ਟਰਪਤੀ ਵਿਲਾਦੀਮੀਰ ਪੁਤਿਨ ਨੇ ਚੰ드ਰੀਆਨ 3 ਦੇ ਚੰਦਰਮਾ ਤੇ ਸਫਲ ਲੈਂਡਿੰਗ ਤੇ ਭਾਰਤ ਨੂੰ ਵਧਾਈ ਦਿੱਤੀ ਸ਼੍ਰੀ ਪੁਤਿਨ ਨੇ ਕਿਹਾ ਕਿ ਇਹ ਇਤਿਹਾਸਕ ਘਟਨਾ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੀ ਪ੍ਰਭਾਵਸ਼ਾਲੀ ਪ੍ਰਗਤੀ ਦਾ ਸਬੂਤ ਹੈ नेपाल ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਨੇ ਵੀ ਇਸ ਮੌਕੇ ਨੂੰ ਵਿਗਿਆਨਕ ਅਤੇ ਪੁਲਾੜ ਟੈਕਨੋਲੋਜੀ ਵਿੱਚ ਇਤਿਹਾਸਕ ਪ੍ਰਾਪਤੀ ਮੰਨਿਆ। ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਐਮਯੂਐਮ ਅਲੀ ਸਾਬਰੀ ਨੇ ਇਸ ਪ੍ਰਾਪਤੀ ਨੂੰ ਸ਼ਾਨਦਾਰ ਦੱਸਿਆ ਜੋ ਕਿ ਪੁਲਾੜ ਖੋਜ ਦੀਆਂ ਸੀਮਾਵਾਂ ਦਾ ਦਾਇਰਾ ਵਧਾਉਂਦੀ ਹੈ। ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੁਲੀ ਨੇ ਚੰ드ਰੀਆਂ 3 ਦੇ ਵਿਕਰਮ ਲੈਂਡਰ ਮੋਡਿਊਲ ਦੀ ਸਫਲ ਲੈਂਡਿੰਗ ਤੇ ਭਾਰਤ ਨੂੰ ਆਪਣੇ ਸ਼ੁਭ ਕਾਮਨਾਵਾਂ ਦਿੱਤੀਆਂ। ਭਾਰਤੀ ਸਪਰਤਾਨਵੀ ਹਾਈ ਕਮਿਸ਼ਨਰ ਐਲੈਕਸ ਹੈਲਿਸ ਨੇ ਇਸ ਨੂੰ ਨਾ ਸਿਰਫ ਭਾਰਤ ਸਗੋਂ ਵਿਸ਼ਵ ਤੇ ਮਨਕਟਾ ਲਈ ਇੱਕ ਵੱਡਾ ਪਾਲ ਦੱਸਿਆ ਆਸਟ੍ਰੇਲੀਆਈ ਪੁਲਾੜ ਏਜੰਸੀ ਦੇ ਮੁਖੀ ਐਂਡ੍ਰੀਕੋ ਪਾਲਰਮੋਨੇ ਲੈਂਡਿੰਗ ਨੂੰ ਪ੍ਰੇਰਨਾਦਾਇਕ ਮੰਨਿਆ ਚੰ드ਰਯਾਨ 3 ਦੀ ਸਫਲਤਾ ਨੂੰ ਇਤਿਹਾਸਿਕ ਘਟਨਾ ਘਰਾੜ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਨਦਾਰ ਪ੍ਰਾਪਤੀ ਲਈ ਰਾਸ਼ਟਰੀ ਅ इसरो ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਦੇ ਹੌਸਲੇ ਤੇ ਲਗਨ ਨੇ ਦੁਨੀਆ ਨੂੰ ਭਾਰਤ ਦੀ ਤਾਕਤ ਦਿਖਾਈਏ ਟੈਲੀਵਿਜ਼ਨ ਰਾਹੀਂ ਇਸ ਮਨਮੱਤੇ ਪਲ ਦੇ ਹਕੀਕੀ ਰੂਪ ਲੈਣ ਦਾ ਗਵਾਹ ਬਣਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਸਾਬਿਤ ਹੋ ਗਿਆ ਹੈ ਕਿ ਭਾਰਤ ਨੇੜਲੇ ਪਵਿਕ ਵਿੱਚ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਹੈ ਅਤੇ ਸਾਡੇ ਵਿਗਿਆਨੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ ਉਨ੍ਹਾਂ ਕਿਹਾ ਕਿ ਇਹ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਪਲ ਹੈ ਜਿਸ ਨੇ ਚੰ드ਰਮਾ ਤੇ ਜੀਵਨ ਦੀ ਖੋਜ ਕਰਨ ਲਈ ਨਵੇਂ ਜਿਸ ਹੱਦ ਦੇ ਖੋਲੇ ਨੇ ਭਗਵਾਂਤਵਾਨ ਨੇ ਕਿਹਾ ਕਿ ਇਸ ਸ਼ਾਨਦਾਰ ਉਪਲਬਧੀ ਨਾਲ ਭਾਰਤ ਚੰਦਰਮਾ ਦੇ ਦੱਖਣੀ ਤਰਫ ਤੇ ਪੁਲਾੜ ਵਾਹਨ ਉਤਾਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇੱਧਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਨੇ ਨੇੜੇ ਦੇ ਪਿੰਡਾਂ ਦੇ 200 ਤੋਂ ਵੱਧ ਵਿਅਕਤੀਆਂ ਨੂੰ ਚੰਦਰਯਾਨ 3 ਦੀ ਚੰਦਰਮਾ ਤੇ ਲੈਂਡਿੰਗ ਨੂੰ ਵੱਡੀ ਸਕਰੀਨ ਤੇ ਲਾਈਵ ਦਿਖਾ ਕੇ ਭਾਰਤ ਦੀਆਂ ਪੁਲਾੜੀ ਖੋਜਾਂ ਵਿੱਚ ਹੋ ਰਹੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਨੇੜਿਓਂ ਦੇਖਣ ਦਾ ਮੌਕਾ ਦਿੱਤਾ। ਅਜਿਹਾ ਦੇਖ ਕੇ ਲੋਕ ਆਪਣੇ ਆਪ ਨੂੰ ਇਸ ਘਟਨਾ ਨਾਲ ਜੁੜੇ ਮਹਿਸੂਸ ਕਰ ਰਹੇ ਸਨ। ਚੰਦਰਯਾਨ 3 ਦੀ ਲੈਂਡਿੰਗ ਇੱਕ ਯਾਦਗਾਰੀ ਮੌਕਾ ਸੀ। ਇਨ ਪੁਲਾਣ ਨੇ ਨਾ ਸਿਰਫ ਨੌਜਵਾਨਾਂ ਦੇ ਹੌਸਲੇ ਬਲੰਕ ਕੀਤੇ ਸਦੋਂ ਉਹਨਾਂ ਨੇ ਮਨਾਂ ਵਿੱਚ ਪੁਲਾੜੀ ਖੋਜਾਂ ਪ੍ਰਤੀ ਜਨੂੰਨ ਵੀ ਪੈਦਾ ਕੀਤਾ ਹੈ ਇਹ ਮਿਸ਼ਨ ਜਿੱਥੇ ਚੰ드ਰੀਅਨ 3 ਚੰ드ਰਮਾ 'ਤੇ ਸੁਰੱਖਿਅਤ ਤੇ ਸੌਫਟ ਲੈਂਡਿੰਗ ਰੋਵਰ ਸੰਚਾਲਨ ਦਾ ਪ੍ਰਦਰਸ਼ਨ ਕਰੇਗਾ ਤੇ ਹੀ ਚੰ드ਰਮਾ ਦੇ ਧਰਾਤਲ ਤੇ ਕਈ ਤਰ੍ਹਾਂ ਦੇ ਵਿਗਿਆਨਕ ਤਜਰਬੇ ਵੀ ਕਰੇਗਾ ਚੰ드ਰੀਅਨ 3 ਦੀ ਸੌਫਟ ਲੈਂਡਿੰਗ ਸਵੈ ਨਿਰਧਾਰਿਤ ਚੰ드ਰਮਾ ਦੇ ਸਾਈਟ ਤੇ ਬੇਹਦ ਕੁਸ਼ਲਤਾ ਨਾਲ ਕੀਤੀ ਗਈ ਜਿਹੜੀ ਭਾਰਤ ਦੇ ਪੁਲਾੜੀ ਪ੍ਰੋਗਰਾਮ ਦੀਆਂ ਸਮਰੱਥਾ ਦਾ ਸ਼ਾਨਦਾਰ ਪ੍ਰਮਾਣ ਹੈ ਇਸ ਮੌਕੇ ਤੇ ਸਾਇੰਸ ਸਿਟੀ ਦੇ ਡਾਇਰੈਕਟਰ ਡਾਕਟਰ ਰਾਜੇਸ਼ ਗਰੋਵਰ ਨੇ ਕਿਹਾ ਕਿ ਚੰ드ਰੀਅਨ 3 ਨੇ ਪੂਰੇ ਨੌਜਵਾਨ ਵਰਗ ਨੂੰ ਪੁਲਾੜ ਪ੍ਰਤੀ ਉਤਸ਼ਾਹਿਤ ਕੀਤਾ ਹੈ ਵਿਗਿਆਨੀਆਂ ਇਸ ਪ੍ਰਾਪਤੀ ਤੇ ਅੱਜ ਪੂਰਾ ਦੇਸ਼ ਆਪਣੇ ਵਿਗਿਆਨ ਅਤੇ ਟੈਕਨੋਲੋਜੀ ਤੇ ਮਾਣ ਮਹਿਸੂਸ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਚੰ드ਰੀਅਨ 3 ਦੀ ਲੈਂਡਿੰਗ ਤੋਂ ਪਤਾ ਲੱਗਦਾ ਹੈ ਕਿ ਇਕ ਛੁੱਟ ਹੋ ਕੇ ਅਸੀਂ ਕੁਝ ਵੀ ਕਰ ਸਕਦੇ ਹਾਂ ਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ ਡਾਕਟਰ ਗਰੋਵਰ ਨੇ ਕਿਹਾ ਕਿ ਮਿਸ਼ਨ ਚੰ드ਰੀਅਨ 3 ਇਹ ਅਹਿਸਾਸ ਕਰਾਉਂਦਾ ਹੈ ਕਿ ਸਾਡੀ ਦੁਨੀਆ ਤੋਂ ਅੱਗੇ ਬੇਅੰਤ ਸੰਭਾਵਨਾਵਾਂ ਨੇ ਜੜੀਆਂ ਸਾਡੀਆਂ ਉਡਿ ਈ ਕਰ ਰਹੀਆਂ ਨੇ ਇਹ ਖਬਰਾਂ ਤੁਸੀਂ ਆਕਾਸ਼ ਵਣੀ ਜਲੰਧਰ ਤੋਂ ਸੁਣ ਰਹੇ ਹੋ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਆਮ ਸਹਿਮਤੀ ਅਧਾਰਿਤ ਪਹੁੰਚ ਰਹੀ ਬ੍ਰਿਕਸ ਮੈਂਬਰਸ਼ਿਪ ਦੇ ਪਸਾਰਦੀ। पूरी हमायत कर दौहैनसबर्ग च पंद्रवें ब्रिक्स शिखर सम्मेलन के भरवे सैशन विखे बोलद श्री मोदी ने कहा कि नो नविकले तैयार संगठन बनाने सबंधित समाज तैयार करने की लड़ा कहा कि इस टेक्नोलॉजी अहम भूमिका निभाएगी प्रधानमंत्री ने कहा कि दक्षणी अफ्रीका दी की प्रधानगी हेठ ब्रिकस आलमी दखण के दे देशों नशेष महत्व दता गये उ भारत ने अपनी जी ट्वेंटी प्रधानगी अधीन आलमी दखणा न्ख तरजीह दी ए ਸ਼੍ਰੀ મોદી ਨੇ ਕਿਹਾ ਕਿ ਭਾਰਤ ਦੀ ਕੋਸ਼ਿਸ਼ ਇੱਕ ਧਰਤੀ ਇੱਕ ਪਰਿਵਾਰ ਇੱਕ ਪਵਿੱਕਦੇ ਆਦਰਸ਼ ਤੇ ਸਾਰੇ ਦੇਸ਼ਾਂ ਨਾਲ ਮਿਲ ਕੇ ਅੱਗੇ ਵਧਣ ਦੀਏ। ਉਹਨਾਂ ਨੇ ਸਾਰੇ ਬ੍ਰਿਕਸ ਦੇਸ਼ਾਂ ਨੂੰ ਜੀ20 ਵਿੱਚ ਆਫਰੀਕੀ ਸੰਗ ਨੂੰ ਸ਼ਾਮਿਲ ਕਰਨ ਲਈ ਹਮਾਇਤ ਕਰੰਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਿਕਸ ਏਜੰਡੇ ਨੂੰ ਇੱਕ ਨਵਾਂ ਮਾਰਗ ਦੇਣ ਲਈ ਭਾਰਤ ਨੇ ਰੇਲਵੇ ਕੋਝਨਾਟਵਕ ਐਮਐਸਐਮਐਸ ਵਿਚਕਾਰ ਨਜ਼ਦੀਕੀ ਸਹਿਯੋਗ, ਆਨਲਾਈਨ ਬ੍ਰਿਕਸ ਡਾਟਾਬੇਸ ਅਤੇ ਸਟਾਰਟਅਪ ਫਰਮਾਂ ਵਰਗੇ ਮੁੱਦਿਆਂ ਤੇ ਸੁਝਾਅ ਦਿੰਦੇ ਨੇ। प्रधानमंत्री मोदी अब जोहैनसबर्ग च एक विशेष प्रोग्राम ब्रिक्स अफ्रीका आउटरीच ब्रिक्स प्लस डायलॉग विच हिस्सा एक दवली मीटिंग भी करेंगे। विदेश मंत्री डॉ एस जयशंकर उ रूसी हमरुतबा सरगेल आवरोव ने कल दवलियां अंतर्राष्ट्रीय अंतरराष्ट्रीय मुद्याल विचारों का आदान प्रदान किया दवा मंत्रियों ने दक्षणी अफ्रीका के जोहैनसबर्ग च ब्रिक्स सम्मेलन दौरान ਮੁਲਾਕਾਤ ਕੀਤੀ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੇ ਕਲੰਬੀ ਦਿੱਲੀ ਵਿਖੇ ਸਕੂਲ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਖਾਕਾ ਜਾਰੀ ਕੀਤਾ ਹੈ ਇਹ ਖਾਕਾ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਅਤੇ ਪਰਿਵਰਤਨਸ਼ੀਲ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ ਬੋਰਡ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਕਰਾਈਆਂ ਜਾਣਗੀਆਂ ਜਿਸ ਨਾਲ ਵਿਦਿਆਰਥੀਆਂ ਨੂੰ ਆਪਣਾ ਬਿਹਤਰੀਨ ਸਕੋਰ ਬਰਕਰਾਰ ਰੱਖਣ ਦਾ ਵਿਕਲਪ ਮਿਲੇਗਾ सड़की आवाजा ताराहह बारे मंत्री नितिन गडकरी ने जानकारी दी है कि साल 2030 तक देश की इलेक्ट्रिक वाहन की सलाना 10 अरब वाहन बिक्री करोड़ नौकरियां पैदा करने की उम्मीद सुरक्षा टिकाऊ ਭਾਰਤੀ ਵੀ ਸਟੈਂਡਰਡਸ ਦੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਇਹ ਗੱਲ ਕਹੀ ਭਾਰਤੀ ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੇ ਕੱਲ ਅਜ਼ਰਬਾਈਜਾਨ ਦੇ ਬਾਕੂ ਵਿੱਚ ਆਈਐਸਐਸਐਫ ਸ਼ੂਟ ਚੈਂਪੀਅਨਸ਼ਿਪ 2023 ਵਿੱਚ ਮਰਦਾਂ ਦੇ 25 ਮੀਟਰ ਸਟੈਂਡਰਡ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਹੈ ਚੈਂਪੀਅਨਸ਼ਿਪ ਵਿੱਚ 5 ਸੋਨੇ ਅਤੇ 4 ਕਾਂਸੀ ਦੇ ਤਮਗਿਆਂ ਨਾਲ ਭਾਰਤ ਕੋਲ ਤਮਗਿਆਂ ਦੀ ਗਿਣਤੀ 9 ਹੋ ਗਈ ਹੈ ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ ਭਾਰਤ ਚੰਦਰਯਾਨ 3 ਦੇ ਚੰਦ ਦੀ ਸਤਹ ਤੇ ਸਫਲਤਾ ਨਾਲ ਉਤਰਨ ਦੇ ਬਾਅਦ ਚੰਦਰਮਾ ਦੇ ਦੱਖਣੀ ਧਰੁਵ ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਸਰਬ ਸੰਮਤੀ ਅਧਾਰਿਤ ਪਹੁੰਚ ਰਹੀ ਬ੍ਰਿਕ ਸਮੂਹ ਦੇ ਪਸਾਰ ਲਈ ਕਿਹਾ ਹੈ ਬੋਰਡ ਇਮਤਿਹਾਨ ਹੁਣ ਸਾਲ ਵਿੱਚ ਦੋ ਵਾਰ ਹੋਣਗੇ ਤੇ ਵਿਦਿਆਰਥੀਆਂ ਕੋਲ ਆਪਣਾ ਬਿਹਤਰੀਨ ਸਕੋਰ ਬਰਕਰਾਰ ਰੱਖਣ ਦਾ ਵਿਕਲਪ ਹੋਏਗਾ ਕੇਂਦਰੀ ਮੰਤਰੀ ਨਿਤਨ ਗਟਕਰੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਬਾਜ਼ਾਰ ਸਾਲਾਨਾ 10 ਅਰਬ ਯੂਨਿਟ ਦੀ ਵਿਕਰੀ ਤੱਕ ਵਧਣ ਦੀ ਉਮੀਦ ਹੈ ਤੇ ਇਸ ਨਾਲ ਸਾਲ 2030 ਤੱਕ 5 ਕਰੋੜ ਨੌਕਰੀਆਂ ਪੈਦਾ ਹੋਣਗੀਆਂ ਇਸੇ ਨਾਲ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਇਹ ਬੁਲੇਟਿਨ ਤੁਹਾਨੂੰ ਦੇ